छेती बन जूगी नाले कदे कदे मूंगी मसरी ना रोटी स्वाद लगती होंगी मम्मी। मैं नहीं खांदी मूंगी मसरी, इन्हां नूं खवाऊंगी। नौ सस टलदी रहिंदी दाल सब्जी लैण तों, मैनूं मूहरे करता आखे लै लै ला मटर खुंबा। मैं तां भुख लगी हुई है, फटाफट खावां मैं, पहले ही बहुत टाइम होया हुआ वा। देखा सी कुकर च दाल पई आ, फिर ऐ करदे आपां दाल ही खा लांगे अज। दाल खा लेंगे, दाल किसी ने खाधी नहीं फिर ता ही बची पई है, ना तू खाधी है ना फिर मुंडिया ने खाधी है, असी दोनों ने खाधी है। इन्हों का की जाना वा, सारा काम तो मेरे सिर आ। कल दी कल मेरा दिमाग खराब होया, चज ना रोटी नहीं खाधी हैगी, अज इन्होंने मैनू कहना मैनू कुछ होर ही बना के दे दे। कर दी चल, अज कड़ा कुछ बनाउणा वा, रोटियां लाउणियां दीदी ने ला ही लैणियां ने। मैं हुण आई कर दी आ, इन्हां नूं फोन करा, छड्ड रहिण दे, इह तां बहुत लेट कर दित्ते ने, जान मेरी भुख दे मारे जान निकलण लग जांदी आ। आई कर दी आ, मैं आप ही ऑर्डर कर लैनी आ, जद तक आ जूगा। पिज्जा नहीं, वो तो खाता सी। न्यूडल नहीं, नहीं ये भी नहीं। बर्गर भी खाता सी परसों, नहीं। हाँ समोसे आ, इन्हां दे स्वाद होंदे ने, इत्थे ऑर्डर कीते। खाऊंगी मजे ना बैठ के समोसे। हेलो, हाँ जी, हाँ जी वीरे। अच्छा तुसी इदा करो, बैल ना मारियो, मैं हुणे गेट खोल दी आके। हाँ जी, हाँ जी। बस भी मैं तो रोटी नहीं खानी, ताही सब्जियां दा बस कह देंदे ओही खाई जाओ। ये नहीं सी मैनू पता भी बाद विच आ चीजा मंगवा मंगवा के खांदी है मुंडे तो। कहीं नहीं मैनू कुछ खान दिंदे, डरदे डरदे बंदा खांदा। मम्मी तुसी? हाँ आजा, मैं काम सी। मम्मी काम तो सीगा जेड़ा सीगा, मैं तो तेन देखना ही, मैं प्रीति नु कहा फोन करे अमने नु, मैं दवाई मंगवानी सी तो आप दी। हाँ जी, हाँ जी मम्मी कर दिनी फोन। जब देखे तो आह ये कितों, ये मम्मी मेनू ओह हैं ताही सब्जी नहीं बनाउंदी, मेनू नहीं सी पता। नहीं नहीं मम्मी एदां दी गल नहीं हैगी, फिर ताही तो रोटी नहीं खांदी, कह दिंदे मैनू भुख नहीं हैगी। नहीं नहीं मम्मी ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜਿੱਦਾਂ ਤੁਸੀਂ ਸੋਚਦੇ ਹੋ, ਇਹ ਤਾਂ ਗੱਲ ਆ। ਫਿਰ ਇਹ ਖਾ ਕੇ ਭੁੱਖ ਕਿੱਥੇ ਲੱਗਣੀ ਹੈ,
ਮੈਨੂੰ ਤਾਂ ਉਦਣ ਹੀ ਸ਼ੱਕ ਹੋ ਗਈ ਸੀ ਜਿੱਦਣ ਮੈਂ ਪੀਜ਼ੇ ਦਾ ਡੱਬਾ ਦੇਖਿਆ ਸੀਗਾ ਵੀ ਜਿਹੜਾ ਇਹ ਕਹਿ ਦਿੰਦੇ ਮੈਂ ਨਹੀਂ ਰੋਟੀ ਖਾਣੀ ਹੈਗੀ ਵੀ ਮੈਨੂੰ ਤਾਂ ਭੁੱਖ ਹੀ ਨਹੀਂ ਹੈਗੀ ਉਸ ਦਿਨ ਤਾਂ ਤੂੰ ਮੈਨੂੰ ਕਹਿੰਦੀ ਸੀ ਵੀ ਬਾਹਰੋਂ ਕੁੱਤਾ ਲੈ ਆਇਆ ਡੱਬਾ ਆਹ ਹੁਣ ਮੈਂ ਐਨ ਅੱਖੀਓਂ ਦੇਖ ਲਿਆ ਬਿੱਲੀ ਲੈ ਆਈ ਚੱਕ ਕੇ ਸਭ ਕੁਛ ਨਹੀਂ ਨਹੀਂ ਮੰਮੀ ਇਹ ਤਾਂ ਉਹ ਉਹ ਬਸ ਕੱਲ ਮੰਮੀ ਮੈਂ ਵੀ ਉਹਦੇ ਵਿੱਚ ਰੈਪਰ ਦੇਖਿਆ ਸੀਗਾ ਬਰਗਰ ਦਾ ਉਹੀ ਤਾਂ ਗੱਲ ਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਨਿਆਣਿਆਂ ਨੇ ਕੀ ਪਤਾ ਟਿਫਨ ਦਾ ਲਿਆ ਕੇ ਕਾਗਜ਼ ਇੱਥੇ ਸਿੱਟਤਾ ਹੋਵੇ ਮੈਨੂੰ ਇਹ ਨਹੀਂ ਸੀ ਪਤਾ ਵੀ ਕਦੇ ਪੀਜ਼ੇ ਦਾ ਡੱਬਾ ਤੇ ਕਦੇ ਰੈਪਰ ਉਹਦਾ ਕਿ ਕਦੇ ਪ੍ਰੀਤੀ ਕਹਿੰਦੀ ਮੈਂ ਦਾਲ ਨਹੀਂ ਖਾਣੀ ਹੈਗੀ ਅੱਜ ਵੀ ਦਾਲ ਹੀ ਖਾ ਲਓ ਇਹ ਨਹੀਂ ਪਤਾ ਵੀ ਪ੍ਰੀਤੀ ਆਪਦਾ ਖਾਣਾ ਪੀਣਾ ਵਧੀਆ ਤਰੀਕੇ ਨਾਲ ਮੰਗਾ ਕੇ ਖਾ ਰਹੀ ਹੈ ਬਾਕੀ ਸਾਰਿਆਂ ਨੇ ਮੂੰਗੀ ਮਸਰੀ ਦਾਲ ਕਿ ਤੂੰ ਕਦੇ ਪੀਜ਼ੇ ਬਰਗਰ ਖਾਵੇਂ ਤੂੰ ਪੁੱਤ ਪਰਿਵਾਰ 'ਚ ਰਹਿਣੀ ਆ ਤੂੰ ਕਿਹੜਾ ਇਕੱਲੀ ਰਹਿਣੀ ਆ ਤੂੰ ਜਿਹੜੀ ਚੀਜ਼ ਦੀ ਲੋੜ ਆ ਤੂੰ ਮੰਗਵਾਉਣੀ ਆ ਸਾਰੇ ਪਰਿਵਾਰ 'ਚ ਬੈਠ ਕੇ ਖਾ ਨਾਲੇ ਸਾਰੇ ਪਰਿਵਾਰ ਨੂੰ ਦੇ ਇੱਕਣ ਕਦ ਕਰਦੀ ਆ ਤੂੰ ਮੈਨੂੰ ਤਾਂ ਹੁਣ ਪਤਾ ਲੱਗਿਆ ਤੇਰਾ ਮੇਰੀ ਗੱਲ ਸੁਣ ਪ੍ਰੀਤੀ ਏਦਾਂ ਘਰ ਨਹੀਂ ਚੱਲਦੇ ਹੁੰਦੇ ਏਦਾਂ ਘਰਾਂ 'ਚ ਏਕਾ ਨਹੀਂ ਰਹਿੰਦਾ ਹੈਗਾ ਤੇ ਨਾਲੇ ਮਨ ਮਟਾਵ ਰਹਿੰਦੇ ਨੇ ਅੱਜ ਤੂੰ ਖਾ ਲਈ ਕੱਲ ਨੂੰ ਮੰਮੀ ਨੇ ਖਾ ਲਈ ਪਰਸੋਂ ਮੈਂ ਖਾ ਲਈ ਫਿਰ ਇਕੱਠੇ ਰਹਿਣ ਦਾ ਕੀ ਫਾਇਦਾ ਹੈ ਫਿਰ ਅਲੱਗ ਅਲੱਗ ਹੋ ਜਾਓ ਜੇ ਨਹੀਂ ਹਿੱਸਾ ਕਰਕੇ ਸਭ ਖਾ ਸਕਦੇ ਤੁਸੀਂ ਵੰਡ ਕੇ ਤੇ ਫਿਰ ਰਹੋ ਨਾ ਇਕੱਠੇ ਇਹ ਨਾ ਕੀਤਾ ਹੋਇਆ ਵਾ ਕਿ ਅਸੀਂ ਇਕੱਠੇ ਰਹਿੰਦੇ ਹਾਂ ਜੇ ਇਕੱਠੇ ਰਹਿਣ ਦਾ ਮਤਲਬ ਇਹੀ ਹੁੰਦਾ ਕਿ ਖਾਣਾ ਪੀਣਾ ਵੀ ਅਸੀਂ ਇਕੱਠੇ ਹੀ ਖਾਂਦੇ ਹਾਂ ਨਾਲੇ ਪਰਿਵਾਰ ਦੇ ਵਿੱਚ ਇਹੋ ਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਤੂੰ ਪੜ੍ਹੀ ਲਿਖੀ ਹੈਗੀ ਆ ਤੈਨੂੰ ਇੰਨੀ ਨਹੀਂ ਸਮਝ ਲੱਗਦੀ ਹੈਗੀ ਕਿ ਇਹੋ ਜਿਹਾ ਕੁਛ ਕਰਕੇ ਵੀ ਫਿਰ ਕਿੰਨਾ ਕੁ ਚੰਗਾ ਖਵਾ ਲੇਂਗੀ ਤੂੰ ਆਪਦੇ ਆਪ ਨੂੰ ਗਲਤੀ ਸੋਚ ਹੋਊਗੀ ਸਾਡੀ ਵੀ ਨਹੀਂ ਇਹ ਸਹੀ ਨਹੀਂ ਹੈਗੀ ਤੂੰ ਆਪ ਹੀ ਸੋਚ ਪੁੱਤ ਜਿੱਦਣ ਲਾਪਰੀ ਦੀ ਚੀਜ਼ ਮੰਗਵਾਉਂਦੀ ਆ ਕੋਈ ਵੀ ਆ ਤੇ ਸਾਰੇ ਪਰਿਵਾਰ ਨੂੰ ਵੰਡ ਕੇ ਦਿੰਦੀ ਆ ਕਿ ਉਹਦੇ ਵਿੱਚ ਆਪਣਾ ਵੀ ਮਨ ਖੁਸ਼ ਤੇ ਇਹਨਾਂ ਦਾ ਵੀ ਖੁਸ਼ ਤੇ ਨਾਲੇ ਜਦੋਂ ਪਾਪਾ ਵੀ ਚੀਜ਼ ਲੈ ਕੇ ਆਉਂਦੇ ਨੇ ਤਾਂ ਆਪਾਂ ਸਾਰੇ ਰਲ ਕੇ ਖਾਂਦੇ ਆ ਤੇ ਫਿਰ ਤੈਨੂੰ ਕੀ ਲੋੜ ਪਈ ਸੀ ਇਦਾਂ ਕਰਨ ਦੀ ਤੂੰ ਜੇ ਨਹੀਂ ਪੈਸੇ ਹੈਗੇ ਤੂੰ ਦੂਜੇ ਲੁੱਟ ਕਹਿ ਦਿੰਦੀ ਵੀ ਭਾਈ ਭਾਈ ਥੋੜਾ ਥੋੜੇ ਪੈਸੇ ਪਾ ਕੇ ਸਾਰੇ ਜਾੜੇ ਮੰਗਾ ਲੈਂਦੇ ਆ ਤੂੰ ਦਾਲ ਵਗੈਰਾ ਬਣਾਉਣ ਤੋਂ ਟਰਲਦੀ ਮਾਰੀ ਨੇ ਕਿ ਅੱਜ ਵੀ ਮੂੰਗੀ ਮਸਰੀ ਹੋਈ ਖਾ ਲਓ ਤੇ ਆਪ ਆਹ ਚੀਜ਼ ਮੰਗਾ ਕੇ ਖਾ ਲਈ ਤੇ ਬਾਕੀ ਉਹ ਕਹਿੰਦੇ ਮੂੰਗੀ ਮਸਰੀ ਖਾ ਲਓ ਜੇ ਨਹੀਂ ਬਣਾਉਣ ਦਾ ਮਨ ਸੀ ਮੈਨੂੰ ਕਹਿ ਦਿੰਦੀ ਵੀ ਗੋਭੀ ਦੀ ਸਬਜ਼ੀ ਤੁਸੀਂ ਬਣਾ ਲਓ ਮੰਮੀ ਨੂੰ ਕਹਿੰਦੀ ਮੰਮੀ ਤੁਸੀਂ ਬਣਾ ਲਓ ਗੱਲ ਤਾਂ ਦੀਦੀ ਤੁਹਾਡੀ ਬਿਲਕੁਲ ਸਹੀ ਆ ਮੈਨੂੰ ਵੀ ਥੋੜਾ ਫੀਲ ਹੋ ਰਿਹਾ ਕਿ ਮੈਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ ਤੁਸੀਂ ਕਿਹੜਾ ਮੈਨੂੰ ਮਨਾ ਕਰਦੇ ਹੋ ਵੀ ਆਹ ਨਹੀਂ ਖਾਣਾ ਜਾਂ ਆਹ ਨਹੀਂ ਕਰਨਾ ਮੈਨੂੰ ਲੁੱਕ ਲੁੱਕ ਕੇ ਖਾਣ ਪੀਣ ਦੀ ਕੀ ਲੋੜ ਆ ਬਾਕੀ ਵੀ ਸਾਰਾ ਪਰਿਵਾਰ ਰਲ ਮਿਲ ਕੇ ਖਾਵੇ ਤੇ ਤੁਸੀਂ ਵੀ ਖਾਓ ਕਿਹੜਾ ਕਿਸੇ ਦੀ ਕਿਸੇ ਨੂੰ ਰੋਕ ਟੋਕ ਆ ਨਾ ਕਦੀ ਮੰਮੀ ਨੇ ਰੋਕਿਆ ਤੇ ਨਾ ਕਦੀ ਮੈਂ ਰੋਕਿਆ ਵਾ ਚਲੋ ਠੀਕ ਆ ਦੀਦੀ ਹੁਣ ਆਪਾਂ ਰਲ ਕੇ ਖਾਂਦੇ ਆ ਚਲੋ ਆ ਜਾਓ ਤੁਹਾਨੂੰ ਵੀ ਜੇ ਕਿਸੇ ਦੀ ਜ਼ਰੂਰਤ ਹੈਗੀ ਆ ਤਾਂ ਆ ਜਾਓ ਖਾਓ ਸਾਡੇ ਨਾਲ ਸਮੋਸੇ ਤੇ ਨਾਲੇ ਜੀ ਅਸੀਂ ਤਾਂ ਰਲ ਕੇ ਹੀ ਖਾਂਦੇ ਆ ਤੇ ਤੁਸੀਂ ਵੀ ਰਲ ਕੇ ਖਾਇਆ ਕਰੋ ਰਲ ਕੇ ਖਾਣ ਦੀ ਬਰਕਤ ਹੁੰਦੀ ਹੈ ਸਹੀ ਗੱਲ ਹੈ ਬਾਕੀ ਸਾਡੀ ਵੀਡੀਓ ਚੰਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਸਮੋਸਾ ਭਾਈ ਵੀ ਆ ਗਿਆ ਪਿੱਛੇ ਹੀ ਰੈਡੀ ਆ ਆਇਓਗੇ ਨਹੀਂ ਮੇਰੀ ਮਾਂ ਬਿਨਾਂ ਗੱਲ ਹੱਸਦੀ ਰਹਿੰਦੀ ਆ ਹਾਂ ਠੀਕ ਹੈ ਚੱਲ ਚੱਲ ਯਾਰ ਕੀ ਆ ਸਿਸਟਮ ਚੱਲ ਮੰਮੀ ਕੀ ਕਰੀ ਜਾਂਦੀ ਆ ਯਾਰ ਚੱਲ ਐਕਸ਼ਨ ਇੱਕ ਤਾਂ ਮਾਣ ਲੱਗੀ ਮੰਮੀ ਦੇਖ ਡਰ ਗਈ ਮੰਮੀ ਤੁਸੀਂ ਚੱਲ ਪਰੇ ਹਟ ਹੁਣ ਐਕਸਪਲੇਨ ਦੇਣ ਲਈ ਸਿਖਾ ਕੇ ਮੇਰੇ ਚਲੋ ਚਲੋ ਜਮਾਈ ਖੇਲਾਂ ਖੁੱਲਣ ਲੱਗ ਗਏ ਚਲੋ ਆਖਰੀ ਜਿਹੜੇ ਸਕਿਆ ਹੁੰਦਾ ਨਾ ਉਹੀ ਚੱਕ ਦੀ ਕੋਈ ਗੱਲ ਨਹੀਂ ਆਖਰੀ ਚੱਲੇ ਦਾ ਆਖਰੀ ਸੱਤ ਗਏ ਚੱਲ ਕੋਸ਼ ਨਹੀਂ ਚੱਲੇ ਚਾ ਰੈਡੀ ਹੈ ਆ ਰੈਡੀ ਤਾਂ ਲੱਗਦਾ ਹੁਣ ਚੁੰਨੀ ਜਿਹੀ ਫੜੀ ਜਾਂਦੀ ਹੈ ਫਿਰ ਲੈ ਆ
घर नी चल दे पुत चलो कहते नहीं होंगे रल के खावे खंड खावे कला खावे हड खावे ए गल कहते होंगे ने ए तो कहते नहीं है कहते ने समोसा कौन दिल करता मेरा मेरा नहीं करता कोई नहीं बात कर लिया गलती हो गई खा लिया छेड़ो गल तेन मैं खाऊंगी तुझे रोना रहो नहीं बस मुक्या।